ਸਤਿ ਸ੍ਰੀ ਅਕਾਲ ਦੋਸਤੋ, ਬੇਨਤੀ ਕਰਦਾ ਕਿ ਮੈਂ ਆਉਣ ਵਾਲੇ ਐਤਵਾਰ ਤੁਹਾਨੂੰ ਆਪਣੇ ਘਰ ਪਿੰਡ ਮਕਾਰੋਂ ਉੱਪਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਆਉਣ ਦਾ ਸੱਦਾ ਦਿੰਦਾ ਤਾਂ ਜੋ ਮੈਨੂੰ ਤੁਹਾਡੀ ਸਹਾਇਤਾ ਨਾਲ ਇਨਸਾਫ ਮਿਲ ਸਕੇ, ਮੇਰੀ ਪਤਨੀ ਦੇ ਕਾਤਲਾਂ ਨੂੰ ਸਜ਼ਾ ਮਿਲ ਸਕੇ। ਦੋਸਤੋ, ਮੈਂ ਬੇਨਤੀ ਕਰਦਾ ਕਿ ਮੈਨੂੰ ਤਮਾਮ ਕਿਸਾਨ ਜਥੇਬੰਦੀਆਂ ਦੇ ਮੁਖੀਆਂ ਦਾ ਨੰਬਰ ਭੇਜਣਾ ਜੀ। ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਇਨਸਾਫ ਦਿਵਾਉਣ ਵਿੱਚ ਮੇਰੀ ਮਦਦ ਕਰੀ ਜਾਵੇ। ਮੈਂ ਲੱਖਾ ਸਦਾਣਾ ਜੀ, ਭਾਨਾ ਸਿੱਧੂ ਜੀ, ਹੋਰ ਜਿੰਨੀਆਂ ਵੀ ਤਮਾਮ ਪੰਜਾਬ ਵਿੱਚ ਇਨਸਾਫ ਦਿਵਾਉਣ ਲਈ ਜਥੇਬੰਦੀਆਂ ਜਦੋਂ ਜਹਿਦ ਕਰ ਰਹੀਆਂ, ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਇਨਸਾਫ ਦਿਵਾਉਣ ਵਿੱਚ ਮੇਰੀ ਮਦਦ ਕੀਤੀ ਜਾਵੇ, ਮੇਰੀ ਪਤਨੀ ਦੇ ਕਾਤਲਾਂ ਨੂੰ ਸਜ਼ਾ ਮਿਲ ਸਕੇ। ਮੇਰੀ ਪਤਨੀ ਦੀ ਡਾਕਟਰਾਂ ਨੇ MLR ਤੱਕ ਨਹੀਂ ਕੱਟੀ ਵੀਰੋ, ਜਦੋਂ MLR ਹੀ ਨਹੀਂ ਕੱਟੀ ਗਈ ਫਿਰ ਉਹਨਾਂ ਨੂੰ ਸਜ਼ਾ ਕੀ ਹੋਣੀ ਆ। ਇੱਕ ਪਾਸੇ ਮੇਰੇ ਡੰਡੇ ਮਾਰਦਾ, ਮੇਰਾ ਗਲਾ ਘੁੱਟਦਾ, ਉਹਦੀ ਤਾਂ ਕੋਈ FIR ਨਹੀਂ, ਇੱਕ ਝੂਠੀ FIR ਝੂਠੀ ਦਰਖਾਸਤ 'ਤੇ ਕੱਟ ਕੇ ਮੈਨੂੰ ਕਿਸੇ ਨੇ ਦੱਸਿਆ, ਮਾਨਯੋਗ SSP ਸਾਹਿਬ ਕਹਿ ਰਹੇ ਹਾਂ ਕਿ ਬੁੱਗਾ ਕਹਿੰਦਾ ਮੈਨੂੰ ਕੁੱਟੇ। ਉਹ ਵੀਰੋ, ਜਦੋਂ ਮੇਰੇ ਉਹ ਡੰਡੇ ਮਾਰ ਰਿਹਾ ਮੇਰੇ ਗਲੇ ਵੱਲ ਦੇਖਣਾ, ਉਸ ਤੋਂ ਪਹਿਲਾਂ ਜਦੋਂ ਮੇਰਾ ਗਲਾ ਘੁੱਟਿਆ ਉਹ ਖੂਨ ਚੋ ਰਿਹਾ, ਉਹ ਤਾਂ ਨਹੀਂ ਦਿਖਿਆ SSP ਸਾਹਿਬ ਨੂੰ? SSP ਸਾਹਿਬ, ਤੁਸੀਂ ਇਨਸਾਫ ਨਹੀਂ ਦੇਣਾ ਤਾਂ ਝੂਠ ਨਾ ਬੋਲੋ, ਜੋ ਤੁਹਾਡੇ SHO ਨੇ ਰਾਤ ਕੀਤਾ ਉਹ ਤਾਂ ਵੀਡੀਓ ਹੈ, ਉਹ ਲਾਈਵ ਕੀਤਾ, ਤੁਸੀਂ ਇੱਦਾਂ ਨਾ ਕਰੋ, ਤੁਹਾਡੇ ਵੀ ਘਰ ਬੱਚੇ ਹੈ, ਤੁਹਾਡੇ ਵੀ ਪਰਿਵਾਰ ਹੈ, ਉਹ ਮੇਰਾ ਜੀਵਨ ਸਾਥੀ, ਮੇਰੀ ਜਾਨ ਚਲੀ ਗਈ, ਤੁਸੀਂ ਮੇਰੇ ਨਾਲ ਹਲੇ ਵੀ ਧੱਕਾ ਕਰਦੇ ਹੋ, ਤੁਹਾਨੂੰ ਰੱਬ ਦਾ ਭੋਰਾ ਵੀ ਖੌਫ ਨਹੀਂ? ਖੌਫ ਕਰੋ, ਉਸ ਮਾਲਕ ਤੋਂ ਡਰੋ। ਧੰਨਵਾਦ ਦੋਸਤੋ, ਐਤਵਾਰ ਨੂੰ ਵੱਧ ਤੋਂ ਵੱਧ ਮੇਰੇ ਪਿੰਡ ਆ ਕੇ ਮੈਨੂੰ ਸਹਾਇਤਾ ਦਿਵਾਉਣ ਵਿੱਚ ਮੇਰੀ ਮਦਦ ਕਰਨਾ। ਧੰਨਵਾਦ ਦੋਸਤੋ। ਸਤਿ ਸ੍ਰੀ ਅਕਾਲ ਦੋਸਤੋ, ਬੇਨਤੀ ਕਰਦਾ ਕਿ ਮੈਂ ਆਉਣ ਵਾਲੇ ਐਤਵਾਰ ਤੁਹਾਨੂੰ ਆਪਣੇ ਘਰ ਪਿੰਡ ਮਕਾਰੋਂ ਉੱਪਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਆਉਣ ਦਾ ਸੱਦਾ ਦਿੰਦਾ ਤਾਂ ਜੋ ਮੈਨੂੰ ਤੁਹਾਡੀ ਸਹਾਇਤਾ ਨਾਲ ਇਨਸਾਫ ਮਿਲ ਸਕੇ, ਮੇਰੀ ਪਤਨੀ ਦੇ ਕਾਤਲਾਂ ਨੂੰ ਸਜ਼ਾ ਮਿਲ ਸਕੇ। ਦੋਸਤੋ, ਮੈਂ ਬੇਨਤੀ ਕਰਦਾ ਕਿ ਮੈਨੂੰ ਤਮਾਮ ਕਿਸਾਨ ਜਥੇਬੰਦੀਆਂ ਦੇ ਮੁਖੀਆਂ ਦਾ ਨੰਬਰ ਭੇਜਣਾ ਜੀ। ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਇਨਸਾਫ ਦਿਵਾਉਣ ਵਿੱਚ ਮੇਰੀ ਮਦਦ ਕਰੀ ਜਾਵੇ। ਮੈਂ ਲੱਖਾ ਸਦਾਣਾ ਜੀ, ਭਾਨਾ ਸਿੱਧੂ ਜੀ, ਹੋਰ ਜਿੰਨੀਆਂ ਵੀ ਤਮਾਮ ਪੰਜਾਬ ਵਿੱਚ ਇਨਸਾਫ ਦਿਵਾਉਣ ਲਈ ਜਥੇਬੰਦੀਆਂ ਜਦੋਂ ਜਹਿਦ ਕਰ ਰਹੀਆਂ, ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਇਨਸਾਫ ਦਿਵਾਉਣ ਵਿੱਚ ਮੇਰੀ ਮਦਦ ਕੀਤੀ ਜਾਵੇ, ਮੇਰੀ ਪਤਨੀ ਦੇ ਕਾਤਲਾਂ ਨੂੰ ਸਜ਼ਾ ਮਿਲ ਸਕੇ। ਮੇਰੀ ਪਤਨੀ ਦੀ ਡਾਕਟਰਾਂ ਨੇ MLR ਤੱਕ ਨਹੀਂ ਕੱਟੀ ਵੀਰੋ, ਜਦੋਂ MLR ਹੀ ਨਹੀਂ ਕੱਟੀ ਗਈ
ਫਿਰ ਉਹਨਾਂ ਨੂੰ ਸਜ਼ਾ ਕੀ ਹੋਣੀ ਆ? ਇੱਕ ਪਾਸੇ ਮੇਰੇ ਡੰਡੇ ਮਾਰਦਾ, ਮੇਰਾ ਗਲਾ ਘੁੱਟਦਾ, ਉਹਦੀ ਤਾਂ ਕੋਈ FIR ਨਹੀਂ। ਇੱਕ ਝੂਠੀ FIR ਝੂਠੀ ਦਰਖਾਸਤ 'ਤੇ ਕੱਟ ਕੇ ਮੈਨੂੰ ਕਿਸੇ ਨੇ ਦੱਸਿਆ, ਮਾਨਯੋਗ SSP ਸਾਹਿਬ ਕਹਿ ਰਹੇ ਹਾਂ ਕਿ ਬੁੱਗਾ ਕਹਿੰਦਾ ਮੈਨੂੰ ਕੁੱਟਿਆ। ਉਹ ਵੀਰੋ, ਜਦੋਂ ਮੇਰੇ ਉਹ ਡੰਡੇ ਮਾਰ ਰਿਹਾ, ਮੇਰੇ ਗਲੇ ਵੱਲ ਦੇਖਣਾ, ਉਸ ਤੋਂ ਪਹਿਲਾਂ ਜਦੋਂ ਮੇਰਾ ਗਲਾ ਘੁੱਟਿਆ, ਉਹ ਖੂਨ ਚੋ ਰਿਹਾ, ਉਹ ਤਾਂ ਨਹੀਂ ਦਿਖਿਆ SSP ਸਾਹਿਬ ਨੂੰ? SSP ਸਾਹਿਬ, ਤੁਸੀਂ ਇਨਸਾਫ ਨਹੀਂ ਦੇਣਾ ਤਾਂ ਝੂਠ ਨਾ ਨਾ ਬੋਲੋ। ਜੋ ਤੁਹਾਡੇ SHO ਨੇ ਰਾਤ ਕੀਤਾ, ਉਹ ਤਾਂ ਵੀਡੀਓ ਹੈ, ਉਹ ਲਾਈਵ ਕੀਤਾ, ਤੁਸੀਂ ਇੱਦਾਂ ਨਾ ਕਰੋ। ਤੁਹਾਡੇ ਵੀ ਘਰੇ ਬੱਚੇ ਹੈ, ਤੁਹਾਡੇ ਵੀ ਪਰਿਵਾਰ ਹੈ, ਉਹ ਮੇਰਾ ਜੀਵਨ ਸਾਥੀ, ਮੇਰੀ ਜਾਨ ਚਲੀ ਗਈ, ਤੁਸੀਂ ਮੇਰੇ ਨਾਲ ਹਲੇ ਵੀ ਧੱਕਾ ਕਰਦੇ ਹੋ? ਤੁਹਾਨੂੰ ਰੱਬ ਦਾ ਭੋਰਾ ਵੀ ਖੌਫ ਨਹੀਂ? ਖੌਫ ਕਰੋ, ਉਸ ਮਾਲਕ ਤੋਂ ਡਰੋ। ਧੰਨਵਾਦ ਦੋਸਤੋ, ਐਤਵਾਰ ਨੂੰ ਵੱਧ ਤੋਂ ਵੱਧ ਮੇਰੇ ਪਿੰਡ ਆ ਕੇ ਮੈਨੂੰ ਸਹਾਇਤਾ ਦਿਵਾਉਣ ਵਿੱਚ ਮੇਰੀ ਮਦਦ ਕਰਨਾ। ਧੰਨਵਾਦ ਦੋਸਤੋ।